If you like this video, please subscribe the channel, like and share this video. नमस्कार दर्शकों, मैं किरण वशिष तुहाड़ा स्वागत करता पंजाब अपडेट दे विच। ते जिवें पंजाब अपडेट दे विच असीं पंजाब विच होण वाले सारी गतिविधियां ते नज़र रखते हैं। इस वेले जो वड्डी खबर आ रही है पंजाब दे विचों निकल के कि एक बस दी ते ट्रक दी भिड़त होई, जिस दे विच दस्सिया जा रहा कि इस बस दे अंदर स्कूली बच्चे सन ते सरकारी बस सीगी। ते इह जो हादसा होया, इह हादसा होया जलंधर ते गुराया दे नेड़े पिंड पैंदे इक मलाह पिंड आ उस दे उपर। तो इस दी पूरी जानकारी लैण लई साडे पत्रकार परमजीत सिंह जी साडे नाल इस समय फोन लाइन ते मौजूद ने। उन्होंने कोलों पुछदे हां कि आखिरकार ये बस कित्थों आ रही सी, तो इस दे विच स्कूल वाले बच्चे किस तरह सन। परमजीत सिंह जी, जो ये हादसा होया, वड्डा हादसा है, एक स्कूल दे बच्चे सरकारी बस दे विच सी, ते ये सरकारी बस दे विच स्कूल दे बच्चे किधर वाल जा रहे सर? ये जो पैसू रोडवेज दी सरकारी बस सी, जो तुंगा सीनियर सेकेंडरी स्कूल जिला संगरूर तो जी जी कपूरथला ते साइंस सिटी जो है उसके लिए एजुकेशनल टूर लई आ रही सी जी। ते संगणी धुंद दे कारण गुराया दे कोल मलाया गां जिहड़ा हैगा मलाया गां जी, ओहदे कोल धुंद दे विच ऑलरेडी साइड ते खड़े ट्रक दे विच बस दी जाने की विजिबिलिटी ना होण करके ओह खड़े ट्रक दे विच जा वजी, जिस कारण मौके ते ही ड्राइवर दी दूजी साइड ते बैठा जिहड़ा अध्यापक सीगा जी ओ इस लपेट विच आ गया ते जिस दी मौके ते मौत हो गई जी। परमजीत सिंह जी, जे असीं गल करिए बच्चियां दी, इस बच्चे इस बस दे विच किन्ने बच्चे सन? जेकर बच्चियां दी गल करदे आं दे विच टोटल 60 ਦੇ ਕਰੀਬ ਜਿਹੜੇ ਵਿਦਿਆਰਥੀ ਉਹ ਵਿੱਚ ਸਨ ਜੀ, ਤੇ ਜਿਹੜੇ ਕਿ ਕਈ ਵਿਦਿਆਰਥੀ ਜਿਹੜੇ ਆ ਉਹਦੇ ਚ ਕਾਫੀ ਜਿਹੜੇ ਆ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ਤੇ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਤੇ ਉੱਤੇ ਫਲੋਰ ਸਿਵਲ ਹਸਪਤਾਲ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਸ਼ਿਫਟ ਕੀਤਾ ਗਿਆ ਜੀ। ਜੇ ਅਸੀਂ ਗੱਲ ਕਰਦੇ ਹਾਂ ਵੀ ਇਹ ਜੋ ਟਰੱਕ ਹੈ ਉਹ ਗਲਤ ਸਾਈਡ ਦੇ ਉੱਪਰ ਪਾਰਕ ਕੀਤਾ ਹੋਇਆ ਸੀਗਾ, ਜਿਵੇਂ ਕਿ ਦੇਖਿਆ ਜਾ ਰਿਹਾ ਤਸਵੀਰਾਂ ਵਿੱਚ ਆਮਣੋ ਸਾਹਮਣੇ ਟੱਕਰ ਲੱਗ ਰਹੀ ਹੈ ਦੇਖਣ ਦੇ ਮੁਤਾਬਿਕ। ਹਾਂ, ਕਿਉਂਕਿ ਜਿਹੜੀ ਵਾਈਟ ਲਾਈਨ ਹੁੰਦੀ ਹੈ ਨੈਸ਼ਨਲ ਹਾਈਵੇ ਤੇ ਉਹ ਕੁਛ ਸੀਮਤ ਦਾਇਰੇ ਦੇ ਵਿੱਚ ਹੁੰਦੀ ਹੈ, ਪਰ ਇਹ ਟਰੱਕ ਜਿਹੜਾ ਹੈਗਾ ਧੁੰਦ ਦੇ ਹਿਸਾਬ ਨਾਲ ਕਾਫੀ ਜਾਣੀ ਕਿ ਵੈਸੇ ਹੀ ਬਾਹਰ ਖੜਾ ਸੀਗਾ, ਜਿਸ ਕਾਰਨ ਇਹ ਹਾਦਸਾ ਗ੍ਰਸਤ ਹੋਈ ਹੈ ਬਸ ਜੀ ਜੀ। ਕਿਉਂਕਿ ਇਸ ਤੋਂ ਪਹਿਲਾਂ ਵੀ ਏਦਾਂ ਦੀਆਂ ਬਥੇਰੀਆਂ ਘਟਨਾਵਾਂ, ਚਾਹੇ ਬਠਿੰਡੇ ਲੈ ਲਓ ਚਾਹੇ ਬਰਨਾਲੇ ਲੈ ਲਓ, ਬਹੁਤ ਸਾਰੀਆਂ ਘਟਨਾਵਾਂ ਹੋਈਆਂ ਜਿੱਦਾਂ ਟਿੱਪਰ ਖੜੇ ਹਾਈਵੇ ਦੇ ਉੱਤੇ ਬਗੈਰ ਟਿੱਪਰ ਦਿੱਤੇ ਆ, ਜਦੋਂ ਵੀ ਏਦਾਂ ਦੇ ਹੁੰਦੇ ਆ ਕੋਈ ਨਾ ਕੋਈ ਜਿਹੜਾ ਵੱਡਾ ਹਾਦਸਾ ਜਿਹੜਾ ਉਹ ਵਾਪਰਦਾ ਰਿਹਾ। ਨਹੀਂ, ਜਿਵੇਂ ਆਪਾਂ ਗੱਲ ਹਾਈਵੇ ਦੀ ਹੀ ਗੱਲ ਕਰ ਰਹੇ ਹਾਂ, ਹਾਈਵੇ ਦੇ ਉੱਪਰ ਪੁਲਿਸ ਪ੍ਰਸ਼ਾਸਨ ਵੱਲੋਂ PCR ਬੈਨ ਹੁੰਦੀ ਹੈ 3-3 4-4 ਕਿਲੋਮੀਟਰ ਦੀ ਦੂਰੀ ਦੇ ਉੱਪਰ। ਉਹਨਾਂ ਦਾ ਇਹੀ ਹੁੰਦਾ ਕਿ ਰਸਤੇ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਅੜਚਣ ਨਾ ਹੋਵੇ ਜਿਸ ਕਰਕੇ ਐਕਸੀਡੈਂਟ ਹੋਵੇ। ਉਸ ਇਸ ਵੇਲੇ ਕੋਈ ਨੇੜੇ PCR ਬੈਨ ਨਹੀਂ ਸੀਗੀ ਮੌਕੇ ਤੇ, ਕੋਈ ਵੀ PCR ਬੈਨ, ਔਰ ਇਸ ਤੋਂ ਇਲਾਵਾ ਨੈਸ਼ਨਲ ਹਾਈਵੇ ਦੀ ਵੀ ਇੱਕ ਜਿਹੜੀ ਐਂਬੂਲੈਂਸ ਚੱਲਦੀ ਹੈਗੀ ਹੈ ਜਿਹਦੇ ਵਿੱਚ ਪੁਲਿਸ ਦੇ ਵੀ ਬੰਦੇ ਹੁੰਦੇ ਤੇ ਉਹਨਾਂ ਦੇ ਫਸਟ ਏਡ ਲਈ ਵੀ ਸਮਾਨ ਹੁੰਦਾ ਜੀ, ਪਰ ਉਹ ਵੀ ਉਸ ਵੇਲੇ ਮੌਜੂਦ ਨਹੀਂ ਸੀ। ਔਰ ਈਵਨ ਜਦੋਂ ਦੁਰਘਟਨਾ ਹੋ ਗਿਆ ਉਸ ਤੋਂ ਬਾਅਦ 108 ਐਂਬੂਲੈਂਸ ਆਈ, ਉਸ ਤੋਂ ਬਾਅਦ ਵੀ ਜਿਹੜੀ ਹੈ ਨੈਸ਼ਨਲ ਹਾਈਵੇ ਦੀ ਵੀ ਜਿਹੜੀ ਐਂਬੂਲੈਂਸ ਆ ਉਹ ਵੀ ਮੌਕੇ ਤੇ ਨਹੀਂ ਪਹੁੰਚੀ। ਨਹੀਂ ਪਹੁੰਚੀ, ਇਹ ਵੱਡੀ ਖਾਮੀ ਹੈ ਜੀ। ਤੇ ਦੂਸਰੀ ਗੱਲ ਅਸੀਂ ਜੇ ਗੱਲ ਕਰਦੇ ਹਾਂ, ਜਿਹੜੇ ਅਧਿਆਪਕ ਇਸ ਵੇਲੇ ਇਸ ਜਹਾਨ ਵਿੱਚ ਨਹੀਂ ਰਹੇ ਹੈਗੇ, ਉਹ ਕਿਸ ਵਿਸ਼ੇ ਦੇ ਅਧਿਆਪਕ ਸਨ? ਉਹ ਡਰਾਇੰਗ ਦੇ ਅਧਿਆਪਕ ਸਨ ਜੀ, ਤੇ ਵਿਦਿਆਰਥੀਆਂ ਜਿਵੇਂ ਕੀ ਹੈ ਉਹਨਾਂ ਦਾ ਉਹਨਾਂ ਦੀ ਰੁਚੀ ਨੂੰ ਵਧਾਉਣ ਲਈ ਉਹਨਾਂ ਦਾ ਕਾਫੀ ਉਪਰਾਲਾ ਸੀਗਾ, ਜਿਵੇਂ ਕਿ ਵਿਦਿਆਰਥੀਆਂ ਤੋਂ ਪਤਾ ਕੀਤਾ ਗਿਆ ਜੀ, ਔਰ ਉਹੀ ਇਸ ਦੁਨੀਆ ਤੋਂ ਜਿਹੜੇ ਹੈ ਉਹ ਚਲੇ ਗਏ। ਤੇ ਇਹ ਜਿਹੜੇ ਵਿਦਿਆਰਥੀ ਨੇ ਇਹ ਕਿੰਨੇ ਵੀ ਇੱਕ ਜਮਾਤ ਦੇ ਦੱਸੇ ਜਾ ਰਹੇ ਨੇ ਜਾਂ ਸਾਰੀਆਂ ਕਲਾਸਾਂ ਦੇ ਹੀ ਬੱਚੇ ਸਨ ਇਹਦੇ ਵਿੱਚ? ਸਾਰੀਆਂ ਕਲਾਸਾਂ ਦੇ ਵਿਦਿਆਰਥੀ ਸਨ, ਜਾਣੀ ਕਿ 5th ਤੋਂ ਉੱਪਰਲੇ 6th ਤੋਂ ਲੈ ਕੇ ਆਪਾਂ ਸੀਨੀਅਰ ਸੈਕੰਡਰੀ ਤੱਕ ਜਿਹੜੀ ਆ ਉਹ ਗੱਲ ਕਰ ਸਕਦੇ ਹਾਂ। ਤੇ ਉਹਨਾਂ ਬੱਚਿਆਂ ਵਿੱਚੋਂ ਜੋ ਗੰਭੀਰ ਨੇ ਉਹਨਾਂ ਨੂੰ ਕਿਸ ਹਸਪੀਟਲ ਵਿੱਚ ਰੈਫਰ ਕੀਤਾ ਗਿਆ? ਇਹ ਉਹਨਾਂ ਨੂੰ ਗੰਭੀਰ ਜਿਹੜੇ ਹੈਗੇ ਆ ਜ਼ਖਮੀ ਉਹਨਾਂ ਨੂੰ ਫਗਵਾੜਾ ਸਿਵਲ ਹਸਪਤਾਲ ਦੇ ਵਿੱਚ ਰੈਫਰ ਕੀਤਾ ਗਿਆ ਹੈ ਜੀ, ਔਰ ਜਿਹੜੇ ਅਧਿਆਪਕ ਦੀ ਡੈਥ ਹੋਈ ਹੈ ਉਹਨਾਂ ਨੂੰ ਫਲੋਰ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਦੇ ਵਾਰਸਾਂ ਦੀ ਉਡੀਕ ਦੇ ਵਿੱਚ ਉੱਥੇ ਸ਼ਿਫਟ ਕੀਤਾ ਗਿਆ ਹੈ, ਤਾਂ ਕਿ ਉਹਨਾਂ ਦੇ ਵਾਰਸਾਂ ਦਾ ਪੋਸਟਮਾਰਟਮ ਹੋਣ ਤੋਂ ਬਾਅਦ ਉਹਨਾਂ ਦੇ ਵਾਰਸਾਂ ਦੇ ਹਵਾਲੇ ਕੀਤੇ ਜਾ ਸਕੇ। ਤੇ ਜੇ ਅਸੀਂ ਗੱਲ ਕਰਦੇ ਹਾਂ ਬੱਸ ਦੇ ਡਰਾਈਵਰ ਦੀ, ਤੇ ਬੱਸ ਦਾ ਡਰਾਈਵਰ ਕਿਵੇਂ ਹੈ?
ਬੱਸ ਦਾ ਡਰਾਈਵਰ ਵੀ ਜਿਹੜਾ ਗੰਭੀਰ ਰੂਪ ਚ ਜ਼ਖਮੀ ਹੈਗਾ, ਉਹ ਵੀ ਜੇਰੇ ਇਲਾਜ ਹੈਗਾ ਇਸ ਵੇਲੇ ਸਿਵਲ ਹਸਪੀਟਲ ਫਗਵਾੜਾ ਜੀ। ਸੋ ਇਹ ਵੱਡੀ ਘਟਨਾ ਸੀਗੀ ਜੋ ਕਿ ਜਲੰਧਰ ਗੁਰਾਇਆ ਏਰੀਏ ਦੇ ਵਿੱਚੋਂ ਆ ਰਹੀ ਸੀਗੀ। ਇੱਕ ਬੱਸ ਖੜ੍ਹੇ ਟਰੱਕ ਦੇ ਵਿੱਚ ਵੱਜੀ, ਧੁੰਦ ਦੇ ਕਾਰਨ ਵਿਜੀਬਿਲਟੀ ਨਾ ਹੋਣ ਕਾਰਨ ਇਹ ਹਾਦਸਾ ਹੋਇਆ। ਸੋ ਇਸ ਦੇ ਉੱਪਰ ਸਾਡੇ ਪੱਤਰਕਾਰ ਪਰਮਜੀਤ ਸਿੰਘ ਜੀ ਸਾਨੂੰ ਜਾਣਕਾਰੀ ਦੇ ਸਨ। ਪਰਮਜੀਤ ਸਿੰਘ ਜੀ, ਅਸੀਂ ਇੱਕ ਗੱਲ ਹੋਰ ਤੁਹਾਡੇ ਕੋਲ ਪੁੱਛਣਾ ਚਾਹਾਂਗੇ, ਇਸ ਹਾਦਸੇ ਤੋਂ ਬਾਅਦ ਹੁਣ ਤੱਕ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਅੱਛੇ ਲੀਡਰ ਵੱਲੋਂ ਕੋਈ ਸਾਹਮਣੇ ਆਇਆ ਮਦਦ ਵਾਸਤੇ? ਮਦਦ ਲਈ ਤਾਂ ਜਿਵੇਂ ਕਿ ਸਿਰਫ ਪੁਲਿਸ ਹੈ, ਚਾਹੇ ਲੇਟ ਲਤੀਫ ਹੈ, ਪਰ ਪੁਲਿਸ ਹੀ ਪਹਿਲੇ ਆਉਂਦੀ ਹੈ। ਪੁਲਿਸ ਦੀ ਤਾਂ ਕਾਰਵਾਈ ਸ਼ੁਰੂ ਹੋ ਗਈ ਹੈ ਜੀ, ਪਰ ਇਸ ਤੋਂ ਇਲਾਵਾ ਜੇ ਅਸੀਂ ਕਹੀਏ ਵੀ ਕੋਈ ਇਲਾਕੇ ਦਾ MLA ਜਾਂ ਕੋਈ ਨੇਤਾ ਉੱਥੇ ਘਟਨਾ ਵਾਲੀ ਥਾਂ ਤੇ ਮੌਕੇ ਤੇ ਨਹੀਂ ਪਹੁੰਚਿਆ। ਇਹ ਬਹੁਤ ਵੱਡੀ ਗੱਲ ਹੈ ਕਿ ਜਦੋਂ ਇਹੋ ਜਿਹੇ ਹਾਦਸੇ ਹੁੰਦੇ ਨੇ ਉਸ ਸਮੇਂ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ, ਲੇਕਿਨ ਉਹ ਉਦੋਂ ਹੀ ਆਉਂਦੇ ਨੇ ਜਦੋਂ ਹਾਦਸਾ ਵੱਡਾ ਹੋਵੇ। ਇਹ ਹਾਦਸਾ ਵੀ ਕੋਈ ਛੋਟਾ ਹਾਦਸਾ ਨਹੀਂ ਗਾ, ਇਸ ਦੇ ਵਿੱਚ 60 ਬੱਚੇ ਸਨ ਜਿਹਨਾਂ ਦੇ ਅੱਗੇ ਜਾ ਕੇ ਭਵਿੱਖ ਦੇ ਵਿੱਚ ਇਸ ਦੇਸ਼ ਨੂੰ ਅੱਗੇ ਲੈ ਕੇ ਜਾਣਾ, ਉਹਨਾਂ ਦੀ ਜਾਨ ਖਤਰੇ ਵਿੱਚ ਸੀ। ਅਤੇ ਇਹਨਾਂ ਵਿੱਚੋਂ ਕਾਫੀ ਬੱਚੇ ਜਿਹੜੇ ਹੈਗੇ ਨੇ ਉਹ ਗੰਭੀਰ ਵੀ ਦੱਸੇ ਜਾ ਰਹੇ ਨੇ, ਲੇਕਿਨ ਗੱਲ ਉਹੀ ਹੈ ਕਿ ਜਦੋਂ ਸਮਾਂ ਦੇਖ ਕੇ ਹੀ ਲੀਡਰ ਲੋਕ ਵੀ ਅੱਗੇ ਆਉਂਦੇ ਨੇ, ਅਤੇ ਫਿਲਹਾਲ ਪੁਲਿਸ ਪਹੁੰਚੀ ਹੈ ਚਾਹੇ ਲੇਟ ਨਹੀਂ ਪਹੁੰਚੀ ਹੈ ਅਤੇ ਆਪਣੇ ਕੰਮ ਵਿੱਚ ਜੁਟ ਗਈ ਹੈ। ਬਹੁਤ ਬਹੁਤ ਧੰਨਵਾਦ ਪਰਮਜੀਤ ਸਿੰਘ ਜੀ ਸਾਨੂੰ ਪੂਰੀ ਜਾਣਕਾਰੀ ਦੇਣ ਲਈ, ਥੈਂਕ ਯੂ ਜੀ। ਸੋ ਸਾਡੇ ਪੱਤਰਕਾਰ ਪਰਮਜੀਤ ਸਿੰਘ ਜੀ ਨੇ ਦੱਸਿਆ ਕਿ ਇਹ ਜੋ ਵਿਗਿਆਨ ਦੀ ਇੱਕ ਬੱਸ ਸੀਗੀ, ਇਸ ਬੱਸ ਦੇ ਵਿੱਚ ਜੋ ਅਧਿਆਪਕ ਖਾਸ ਤੌਰ 'ਤੇ ਉਪਰਾਲਾ ਕਰ ਰਿਹਾ ਸੀ ਬੱਚਿਆਂ ਨੂੰ ਵਿਗਿਆਨ ਦੇ ਨਾਲ ਜੋੜਨ ਵਾਸਤੇ ਅਤੇ ਇੱਕ ਵਿਗਿਆਨ ਯਾਤਰਾ ਲੈ ਕੇ ਚੱਲੇ ਹੋਏ ਸਨ, ਉਸੇ ਦੇ ਦੌਰਾਨ ਹੀ ਇਹ ਅੱਜ ਸਵੇਰੇ ਹਾਦਸਾ ਹੋਇਆ, ਜੇ ਜੋ ਕਿ ਧੁੰਦ ਦੇ ਕਾਰਨ ਵਿਜੀਬਿਲਟੀ ਨਾ ਹੋਣ ਕਾਰਨ ਖੜ੍ਹੇ ਟਰੱਕ ਦੇ ਵਿੱਚ ਬੱਸ ਵੱਜੀ ਅਤੇ ਮੌਕੇ ਦੇ ਉੱਪਰ ਹੀ ਉਹ ਡਰਾਈਵਿੰਗ ਟੀਚਰ ਹੈ ਦਮ ਤੋੜ ਗਿਆ ਅਤੇ ਬੱਚੇ ਕਾਫੀ ਗੰਭੀਰ ਹੋਏ ਨੇ ਅਤੇ ਉਹਨਾਂ ਨੂੰ ਇਲਾਜ ਵਾਸਤੇ ਹੋਸਪਿਟਲ ਰੈਫਰ ਕਰ ਦਿੱਤਾ ਗਿਆ। ਸੋ ਦਰਸ਼ਕੋ, ਅਗਰ ਤੁਹਾਡੇ ਕੋਲ ਵੀ ਕੋਈ ਇਹੋ ਜਿਹੀ ਖਬਰ ਆ ਜੋ ਤੁਸੀਂ ਸਾਡੇ ਚੈਨਲ 'ਤੇ ਦਿਖਾਉਣਾ ਚਾਹੁੰਦੇ ਹੋ ਤਾਂ ਸਾਨੂੰ ਸੰਪਰਕ ਕਰ ਸਕਦੇ ਹੋ, ਅਤੇ ਇਸੇ ਤਰ੍ਹਾਂ ਵੇਖਦੇ ਰਹੋ ਪੰਜਾਬ ਅਪਡੇਟ। ਪੰਜਾਬ ਅਪਡੇਟ ਦੇ ਵਿੱਚ ਅਸੀਂ ਪੰਜਾਬ ਵਿੱਚ ਹੋਣ ਵਾਲੇ ਹਰੇਕ ਗਤੀਵਿਧੀ ਦੇ ਉੱਪਰ ਨਜ਼ਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਦਰਸ਼ਕੋ, ਇਸੇ ਤਰ੍ਹਾਂ ਵੇਖਦੇ ਰਹੋ A1 ਪੰਜਾਬੀ, ਨਿਡਰ ਨਿਰਪੱਖ ਅਤੇ ਨਵੀਂ ਸੋਚ 'ਤੇ ਦੇਖਦੇ ਰਹਿਣਾ A1 ਨਿਊਜ਼, ਹਰ ਸੱਚ ਤੁਹਾਡੇ ਤੱਕ। Please subscribe A1 Healthcare. For better music, subscribe A1 Music. For best informational programs, please subscribe A1 Punjabi TV. And for all updated news, please subscribe A1 News.